ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆਪਣੇ ਚੈਨਲ ਫਸਟ ਚੁਆਇਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਜਿਹੜੇ ਵਿਊਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ, ਕੈਸ਼ ਔਨ ਡਿਲੀਵਰੀ ਨਹੀਂ ਹੈਗੀ, ਗੂਗਲ ਪੇ ਕਰ ਸਕਦੇ ਹੋ, ਪੇਟੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ। ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ। ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ, ਇਸ ਨੰਬਰ ਤੇ ਵਟਸਐਪ ਕਰਨਾ, ਫਿਰ ਅਸੀਂ ਤੁਹਾਨੂੰ ਇੱਕ ਨੰਬਰ ਦੇਵਾਂਗੇ, ਤੁਸੀਂ ਉਹਦੇ ਤੇ ਆਨਲਾਈਨ ਪੇਮੈਂਟ ਪਾਉਣੀ ਹੈ, ਐਡਰੈਸ ਭੇਜਣਾ, ਸੂਟ ਤੁਹਾਡੇ ਘਰ ਪਹੁੰਚੇਗਾ, ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ। ਵੀਡੀਓ ਦੀ ਟਾਈਮਿੰਗ ਹੈਗੀ ਹੈ ਜੀ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ, ਸੋ ਸਮੇਂ 'ਚ ਸਮਾਂ ਕੱਢ ਕੇ ਵੀਡੀਓ ਪਲੀਜ਼ ਜ਼ਰੂਰ ਦੇਖਿਆ ਕਰੋ, ਠੀਕ ਹੈ। ਲਓ ਜੀ, ਅੱਜ ਆਪਾਂ ਤੁਹਾਡੇ ਲਈ ਐਨ ਬਹਿਜਾ ਬਹਿਜਾ ਕਰਦੇ ਸੂਟ ਲੈ ਕੇ ਆਏ ਹਾਂ। ਬਹੁਤ ਹੀ ਜ਼ਿਆਦਾ ਖੂਬਸੂਰਤ ਸੂਟ ਨੇ, ਪ੍ਰਿੰਟ ਬਹੁਤ ਪਿਆਰੇ ਨੇ। ਲਓ ਜੀ, ਡਿਜ਼ਾਈਨ ਬੇਸ਼ੱਕ ਦੀ ਤੁਸੀਂ ਵਰਕ ਦਾ ਪਹਿਲਾਂ ਦੇਖਿਆ ਹੋਵੇ ਪਰ ਪ੍ਰਿੰਟ ਇਹ ਨਹੀਂ ਦੇਖਿਆ ਹੋਣਾ, ਇਸੇ ਲਈ ਮੈਨੂੰ ਲਿਆਉਣੇ ਪੈ ਗਏ ਕਿ ਇਹ ਮੈਨੂੰ ਬਹੁਤ ਹੀ ਜ਼ਿਆਦਾ ਸੋਹਣੇ ਲੱਗੇ। ਪ੍ਰਿੰਟਿੰਗ ਬਹੁਤ ਅੱਛੀ ਹੈ ਇਹਨਾਂ ਦੀ, ਅੱਜ ਕੱਲ੍ਹ ਇਹ ਪ੍ਰਿੰਟ ਖੂਬ ਚੱਲ ਰਿਹਾ, ਵਾਇਰਲ ਹੋ ਰਿਹਾ, ਸੋ ਮੈਥੋਂ ਰਿਹਾ ਨਹੀਂ ਗਿਆ ਫਿਰ ਇਹ ਸੂਟ ਲਿਆਂਦੇ ਬਿਨਾਂ। ਕਾਫੀ ਜ਼ਿਆਦਾ ਸੋਹਣਾ ਪ੍ਰਿੰਟ ਦੇਖੋ ਤੁਸੀਂ ਪਹਿਲਾਂ ਤਾਂ, ਇੰਨਾ ਸੋਹਣਾ ਕੋਲ ਮਾਂਜਾ ਪ੍ਰਿੰਟ ਹੈ, ਇਹ ਬਹੁਤ ਜ਼ਿਆਦਾ ਅਟਰੈਕਟਿਵ ਸੂਟ ਨੇ। ਤੇ ਇਹ ਵਾਲਾ ਇਹਦੇ ਤੇ ਹੋਇਆ ਹੋਇਆ ਫਰੰਟ ਤੇ ਵਰਕ, ਘੇਰੇ ਘੇਰੇ ਤੇ ਵਰਕ ਹੋਇਆ ਹੋਇਆ, ਬਾਜੂ ਤੇ ਨਹੀਂ ਹੋਇਆ, ਸਲਵਾਰ ਤੇ ਹੋਇਆ ਤੇ ਸ਼ਰਟ ਦੇ ਘੇਰੇ ਤੇ ਹੋਇਆ, ਤੇ ਲੈਂਥ ਘੇਰਾ ਆਪਾਂ ਤੁਹਾਨੂੰ ਨਾਪ ਦਾਂਗੇ। ਪਹਿਲਾਂ ਇਹਦੀ ਪ੍ਰਿੰਟਿੰਗ ਦੇਖ ਲਓ ਤੁਸੀਂ ਤੇ ਕਲਰ ਦੇਖੋ ਕਿੰਨਾ ਜ਼ਿਆਦਾ ਸੋਹਣਾ, ਬਹੁਤ ਜ਼ਿਆਦਾ ਪਿਆਰਾ ਸੂਟ ਹੈ ਇਹ। ਤੇ ਘੇਰਾ ਮੈਂ ਤੁਹਾਨੂੰ ਨਾਪ ਦਿੰਦੀ ਹਾਂ, ਇਹੀ ਹੈ ਜੀ ਘੇਰਾ। ਤੇ ਇਹਦੇ ਨਾਲ ਹੈਗੀ ਹੈ ਜੀ ਇਹ ਵਾਲੀ ਸਲਵਾਰ, 2.5 ਮੀਟਰ ਦਾ ਸ਼ਰਟ ਮਿਲੂ, 2.5 ਮੀਟਰ ਦੀ ਸਲਵਾਰ ਤੇ ਕਾਟਨ ਬਹੁਤ ਫੰਨੇ ਖਾ ਮਿਲੂਗੀ, ਐਨ ਏ ਕਲਾਸ ਕਾਟਨ ਮਿਲੂਗੀ, ਪਿਓਰ ਕਾਟਨ, ਪੁੱਛਣ ਦੀ ਵੀ ਨਹੀਂ ਲੋੜ ਵੀ ਕਾਟਨ ਕਿਹੋ ਜੀ ਆ। ਇਹ ਹੈਗੀ ਹੈ ਜੀ ਇਹਦੇ ਨਾਲ ਸਲਵਾਰ, ਫਿਰੋਜ਼ੀ ਕਲਰ ਹੈ ਤੇ ਇਹ ਸਲਵਾਰ ਤੇ ਵਰਕ ਹੋਇਆ ਹੋਇਆ, ਠੀਕ ਹੈ, ਕਟਵਰਕ ਹੋਇਆ ਹੋਇਆ, ਜਿਸ ਤਰ੍ਹਾਂ ਪਹਿਲਾਂ ਵੀ ਤੁਸੀਂ ਇਹ ਆਪਣੇ ਕੋਲ ਡਿਜ਼ਾਈਨ ਦੇਖਿਆ ਪਰ ਬਾਰ ਬਾਰ ਅਸੀਂ ਤਾਂ ਹੀ ਲੈ ਕੇ ਆ ਰਹੇ ਹਾਂ ਕਿਉਂਕਿ ਇਹਦੀ ਡਿਮਾਂਡ ਖਤਮ ਨਹੀਂ ਹੋਈ, ਇੰਨਾ ਜ਼ਿਆਦਾ ਸੋਹਣਾ ਸੂਟ ਹੈ, ਠੀਕ ਹੈ ਜੀ। ਲਓ, ਤੇ ਇਹ ਰਹੂਗਾ ਇਹਦੇ ਨਾਲ ਦੁਪੱਟਾ, ਤੇ ਦੁਪੱਟਾ ਹੈ ਜੀ ਮਸਲੀਨ ਦਾ, ਪਹਿਲਾਂ ਆਪਾਂ ਕੋਟੇ ਦੇ ਦੁਪੱਟਿਆਂ ਨਾਲ ਦਿੱਤੇ ਸੀ, ਇਹ ਹੈਗਾ ਮਸਲੀਨ ਦੇ ਦੁਪੱਟੇ ਨਾਲ, ਬਹੁਤ ਸੋਹਣਾ ਸੂਟ ਹੈ। ਲਓ ਆਹ ਵਾਲਾ ਇਹਦੇ ਤੇ ਵਰਕ ਹੋਇਆ, ਪਹਿਲਾਂ ਆਪਾਂ ਦਿਖਾ ਦਈਏ ਤੁਹਾਨੂੰ ਵਰਕੇ ਦਾ, ਦੁਪੱਟੇ ਦੀਆਂ ਦੋਨੋਂ ਕੰਨੀਆਂ ਤੇ ਵਰਕ ਹੋਇਆ ਔਰ ਲੜਾਂ ਤੇ ਪਿਕੋ ਹੋਈ ਵੀ ਹੈ, ਠੀਕ ਹੈ ਜੀ, ਬਹੁਤ ਸੋਹਣਾ ਫਿਰੋਜ਼ੀ ਕਲਰ ਹੈ। ਤੇ ਦੁਪੱਟਾ ਮਿਲੂਗਾ ਐਨ ਖੁੱਲਾ ਡੁੱਲਾ, ਤੁਹਾਨੂੰ ਪੂਰਾ ਵਧੀਆ 2.5 ਮੀਟਰ ਦੇ ਦੁਪੱਟੇ ਹੋਣਗੇ, ਬਹੁਤ ਸੋਹਣੇ ਦੁਪੱਟੇ ਨੇ ਤੇ ਸੂਟ ਬਹੁਤ ਜ਼ਿਆਦਾ ਪਿਆਰਾ ਹੈ, ਸੋਹਣਾ ਜਿਹਾ ਫਿਰੋਜ਼ੀ ਹੈ, ਮਿੱਠਾ ਜਿਹਾ, ਹਾਂ ਬਹੁਤ ਸੋਹਣਾ ਫਿਰੋਜ਼ੀ ਹੈ। ਤੇ ਸਰਦਈ ਤੇ ਫਿਰੋਜ਼ੀ ਬੀਬੀ ਸੇਮ ਹੀ ਹੁੰਦੇ ਆ ਬਈ, ਤੁਸੀਂ ਨਾ ਕਮੈਂਟ ਕਰਕੇ ਦੱਸਿਓ ਪਲੀਜ਼, ਆ ਫਿਰੋਜ਼ੀ ਹੈ, ਕੋਈ ਨਾ ਕਮੈਂਟ ਕਰਕੇ ਤੁਸੀਂ ਭੈਣਾ, ਸਾਰੀਆਂ ਰਿਕੁਐਸਟ ਹੀ ਹੈ ਮੇਰੀ, ਬੀਬੀ ਹਮੇਸ਼ਾ ਕਹਿੰਦੀ ਆ ਵੀ ਸਰਦਈ ਤੇ ਫਿਰੋਜ਼ੀ ਅਲੱਗ ਅਲੱਗ ਹੁੰਦੇ ਨੇ, ਤੁਸੀਂ ਮੈਨੂੰ ਦੱਸਿਓ ਕਿ ਸਰਦਈ ਤੇ ਫਿਰੋਜ਼ੀ ਅਲੱਗ ਅਲੱਗ ਹੁੰਦੇ ਨੇ, ਨਹੀਂ ਅੱਡ ਨਹੀਂ ਹੁੰਦਾ, ਪਹਿਲਾਂ ਤਾਂ ਫਿਰੋਜ਼ੀ ਹੀ ਨਹੀਂ ਹੁੰਦਾ ਸੀ, ਫਿਰੋਜ਼ੀ ਵਰਲਡ ਹੀ ਹੈ ਨਹੀਂ ਸੀ, ਨਹੀਂ ਤੇ ਪ੍ਰਾਈਸ ਇਹ ਸੋਹਣੇ ਜੇ ਸੂਟ ਦੀ ਰਹੂਗੀ ਜੀ ਸਿਰਫ 1650 ਰੁਪਏ। ਅਗਲਾ ਸੂਟ ਕਲਰ ਐਨ ਇੱਕ ਤੋਂ ਇੱਕ ਨੇ, ਇਹ ਤਿੰਨ ਪ੍ਰਿੰਟ ਦੇ ਵਿੱਚ, ਤਿੰਨ ਕਲਰਸ ਦੇ ਵਿੱਚ ਆਇਆ ਹੋਇਆ ਆਪਣੇ ਕੋਲ ਇਹ ਪ੍ਰਿੰਟ, ਹਾਂ ਕਲਰ ਬਹੁਤ ਜ਼ਿਆਦਾ ਸੋਹਣੇ ਨੇ। ਲਓ ਇਹਦੇ ਵਿੱਚ ਅਨੀਅਨ ਜਿਹਾ ਸ਼ੇਡ ਹੈਗਾ, ਕਾਫੀ ਸੋਹਣਾ ਲੱਗਦਾ। ਲਓ ਇਹ ਵਾਲਾ ਇਹਦੇ ਤੇ ਬਹੁਤ ਸੋਹਣਾ ਜਿਹਾ ਵਰਕ ਹੋਇਆ ਹੋਇਆ, ਕੱਟ ਵਰਕ ਤੇ ਉੱਪਰ ਫਲਾਵਰ, ਤੇ ਪ੍ਰਿੰਟਿੰਗ ਤਾਂ ਮੇਰਾ ਜੀ ਕਰਦਾ ਮੈਂ ਤੁਹਾਨੂੰ ਬਾਰ ਬਾਰ ਦਿਖਾਈ ਜਾਵਾਂ, ਇੰਨੀ ਸੋਹਣੀ ਪ੍ਰਿੰਟਿੰਗ ਹੈ, ਠੀਕ ਹੈ ਜੀ, ਬੜਾ ਜ਼ਿਆਦਾ ਸੋਹਣਾ ਸੂਟ ਹੈ, ਕਾਟਨ ਇੰਨੀ ਕੁ ਜ਼ਿਆਦਾ ਸੋਹਣੀ ਹੈ, ਬਹੁਤ ਜ਼ਿਆਦਾ ਪਿਆਰੀ ਕਾਟਨ ਹੈ, ਮਖਮਲ ਵਰਗੀ। ਤੇ ਇਹ ਰਹੂਗੀ ਜੀ ਇਹਦੇ ਨਾਲ ਸਲਵਾਰ, ਸਲਵਾਰ ਦੇ ਉੱਪਰ ਇਦਾਂ ਦਾ ਵਰਕ ਹੋਇਆ ਹੋਇਆ, ਅਨੀਅਨ ਜਿਹਾ ਸ਼ੇਡ ਹੈ ਸੂਟ ਦਾ, ਹਾਂ ਕਮੀਜ਼ ਵਾਲਾ ਵਰਕ ਹੈ, ਹੈਂ
ਹਲਕਾ ਹਲਕਾ ਪ੍ਰਿੰਟ ਹੈ ਜੀ, ਇਹਦੇ ਵਿੱਚ ਨੈਗੇਟਿਵ ਜਿਹਾ ਪ੍ਰਿੰਟ ਹੈ। ਹਾਂ ਨਾਲ ਦਾ ਹੀ ਪ੍ਰਿੰਟ ਹੈ। ਤੇ ਇਹ ਰਹੂਗਾ ਇਹਦੇ ਨਾਲ ਦੁਪੱਟਾ, ਦੁਪੱਟਾ ਆਪਾਂ ਨਹੀਂ ਖੋਲਦੇ ਬਾਰ ਬਾਰ, ਸੇਮ ਹੀ ਹੈ, ਉਦਾਂ ਹੀ ਕੰਨੀਆਂ ਤੇ ਵਰਕ ਹੋਇਆ ਹੋਊਗਾ ਜੀ, ਠੀਕ ਹੈ। ਤੇ ਇੱਕ ਕਲਰ ਹੋਰ ਹੈ, ਮਹਿੰਦੀ ਜਿਹਾ ਸ਼ੇਡ ਹੈ, ਪੈਰਟ ਵੀ ਨਹੀਂ ਕਹਿ ਸਕਦੇ ਇਹਨੂੰ ਆਪਾਂ, ਤੇ ਨਾ ਹੀ ਐਗਜੈਕਟ ਮਹਿੰਦੀ ਕਹਿ ਸਕਦੇ ਹਾਂ, ਸੋਹਣਾ ਜਿਹਾ ਸ਼ੇਡ ਹੈ, ਸਹੀ ਆ ਰਿਹਾ, ਮਿੱਠਾ ਮਿੱਠਾ ਜਿਹਾ। ਲਓ ਜੀ ਬਹੁਤ ਪਿਆਰੇ ਸੂਟ ਨੇ, ਫਟਾਫਟ ਲੈ ਲਿਓ ਕਿਉਂਕਿ ਮੈਂ ਬਾਹਲੇ ਸ਼ੌਂਕ ਨਾਲ ਲੈ ਕੇ ਆਈ ਹਾਂ ਸੂਟ ਤੁਹਾਡੇ ਲਈ, ਕਿ ਮੈਨੂੰ ਇਹ ਜ਼ਿਆਦਾ ਸੋਹਣੇ ਲੱਗੇ, ਕਲਰ ਕਲਰ ਪ੍ਰਿੰਟ ਬਾਹਲੇ ਜ਼ਿਆਦਾ ਸੋਹਣੇ ਸੀਗੇ, ਤੇ ਇਸ ਲਈ ਆਪਾਂ ਇਹ ਸੂਟ ਲੈ ਕੇ ਆਏ ਹਾਂ, ਠੀਕ ਹੈ ਜੀ। ਲਓ ਨਹੀਂ ਤਾਂ ਮੈਨੂੰ ਦੁਬਾਰਾ ਇਹ ਡਿਜ਼ਾਈਨ ਚੱਕਣ ਦੀ ਲੋੜ ਨਹੀਂ ਸੀਗੀ। ਲਓ ਇਹ ਹੈਗੀ ਇਹਦੇ ਨਾਲ ਸਲਵਾਰ, 2.5 ਮੀਟਰ ਦੀ ਸ਼ਰਟ, 2.5 ਮੀਟਰ ਦੀ ਸਲਵਾਰ, ਠੀਕ ਹੈ ਜੀ। ਕਲਰ ਬਹੁਤ ਜ਼ਿਆਦਾ ਸੋਹਣਾ ਆਇਆ ਹੋਇਆ, ਤੇ ਮਸਲੀਨ ਦਾ ਦੁਪੱਟਾ, ਠੀਕ ਹੈ ਜੀ। ਲਓ ਜੀ ਮਸਲੀਨ ਦਾ ਨਾਲ ਦੁਪੱਟਾ, ਇਹਨੂੰ ਆਪਾਂ ਖੋਲਦੇ ਨੀ ਗੇ, 2.5 ਮੀਟਰ ਦਾ ਦੁਪੱਟਾ, ਬਹੁਤ ਪਿਆਰਾ ਸੂਟ ਹੈ, ਮੈਨੂੰ ਟਿੱਕ ਲਾਉਣਾ ਤੁਸੀਂ ਹੁਣ। ਤੇ ਇਹਦੇ ਨਾਲ ਦੇ ਹੋਰ ਸੂਟ ਨੇ ਆਪਣੇ ਕੋਲੇ ਲਿਨਨ ਕਾਟਨ ਦੇ ਵਿੱਚ, ਇਹਦੇ ਵਿੱਚ ਹੈ ਆਪਣੇ ਕੋਲੇ 3 ਕਲਰ, ਠੀਕ ਹੈ, ਸਿਰਫ 3 ਕਲਰ ਨੇ ਆਪਣੇ ਕੋਲੇ ਇਹਦੇ ਵਿੱਚ। ਇਹ ਕੋਟੇ ਦੇ ਦੁਪੱਟਿਆਂ ਨਾਲ ਨੇ, ਲਓ ਇਹ ਆਲ ਓਵਰ ਸੂਟ ਹੈ ਔਰ ਕੋਟੇ ਦੇ ਦੁਪੱਟੇ ਨਾਲ ਸੂਟ ਹੈ, ਇਹ ਵੀ ਆਪਾਂ ਨੂੰ ਦੁਬਾਰਾ ਤੀਜੀ ਵਾਰ ਲੈ ਕੇ ਆਉਂਦੇ ਨੇ, ਆਹ ਸੂਟ ਥਰਡ ਟਾਈਮ ਆਏ ਨੇ ਇਹ ਸੂਟ ਆਪਣੇ ਕੋਲੇ, ਤੇ ਆਪਾਂ ਇਹਦਾ ਘੇਰਾ ਨਾ ਵਧੀਏ, ਉਹਨਾਂ ਦਾ 23 ਘੇਰਾ ਸੀ, ਇਹਦਾ ਘੇਰਾ ਦੇਖ ਲੈਣੇ ਆਪਾਂ ਕਿੰਨਾ, 23.5, ਠੀਕ ਹੈ ਜੀ, 23.5 ਘੇਰਾ। ਲਿਨਨ ਕਾਟਨ ਦੇ ਵਿੱਚ ਸੂਟ ਹੈ, ਮਸਟਰਡ ਜਿਹਾ ਕਲਰ ਹੈ, ਮਸਟਰਡ ਕਲਰ ਹੈ, ਲਾਈਨਿੰਗ ਦੀ ਲੋੜ ਨਹੀਂ ਹੈਗੀ, ਦੇਖ ਲਓ ਬਿਲਕੁਲ ਵੀ ਸੀ ਥਰੂ ਨਹੀਂ ਹੈਗਾ, ਮੇਰਾ ਹੱਥ ਦੇਖ ਲਓ ਤੁਸੀਂ, ਦਿਖਦਾ ਤੁਹਾਨੂੰ, ਬਿਲਕੁਲ ਵੀ ਸੀ ਥਰੂ ਨਹੀਂ ਹੈਗਾ, ਤੁਸੀਂ ਆਰਾਮ ਨਾਲ ਇਹਨੂੰ ਪਾ ਸਕਦੇ ਹੋ। ਤੇ ਆਹ ਵਾਲਾ ਹੈ ਜੀ ਇਹਦਾ ਸਲਵਾਰ ਦਾ ਵਰਕ, ਪੈਚ ਲੱਗਿਆ ਹੋਇਆ ਉੱਪਰ, ਆ ਦੇਖੋ ਨੈਟ ਦਾ ਪੈਚ ਲੱਗਿਆ ਹੋਇਆ, ਠੀਕ ਹੈ, ਤੇ ਸਲਵਾਰ ਦਾ ਵਰਕ, ਤੇ ਇਸੇ ਤਰ੍ਹਾਂ ਦਾ ਹੀ ਮਿਲੂਗਾ ਜੀ ਤੁਹਾਨੂੰ ਬਾਜੂ ਦਾ ਵਰਕ, ਆ ਦੇਖ, ਠੀਕ ਹੈ ਜੀ, ਬਹੁਤ ਸੋਹਣਾ ਸੂਟ ਹੈ। ਤੇ ਇਹਦੇ ਨਾਲ ਜਿਹੜਾ ਦੁਪੱਟਾ ਰਹੂਗਾ ਉਹ ਹੈ ਜੀ ਆਪਣੇ ਕੋਲੇ ਕੋਟੇ ਦਾ ਦੁਪੱਟਾ, ਇੱਕ ਦੁਪੱਟਾ ਖੋਲ ਦਿੰਦੀ ਹਾਂ, ਬਾਕੀ ਦੁਪੱਟੇ ਆਪਾਂ ਉਦਾਂ ਹੀ ਰੱਖਾਂਗੇ। ਕੋਟੇ ਦਾ ਟਾਈ ਐਂਡ ਡਾਈ ਦਾ ਦੁਪੱਟਾ, ਉਹਦੇ ਚ ਦੁਪੱਟੇ ਮਸਲੀਨ ਦੇ ਪਲੇਨ ਸੀਗੇ, ਬਹੁਤ ਜ਼ਿਆਦਾ ਸੌਫਟ ਕੋਟਾ ਹੈ ਜੀ, ਬਹੁਤ ਹੀ ਜ਼ਿਆਦਾ, ਆ ਲਓ ਬਿਲਕੁਲ ਹਾਰਡ ਨਹੀਂ, ਦੁਪੱਟੇ ਦੀ ਲੰਬਾਈ ਚੌੜਾਈ ਦੇਖੋ ਤੁਸੀਂ ਕਿੰਨੀ ਹੈ, ਪੂਰਾ ਐਨ ਖੁੱਲਾ ਡੁੱਲਾ ਦੁਪੱਟਾ, ਤੇ ਬਹੁਤ ਸੋਹਣੀ ਟਾਈ ਡਾਈ ਹੋਈ ਹੋਈ ਹੈ, 2.5-2.5 ਮੀਟਰ ਦੇ ਦੁਪੱਟੇ, ਦੁਪੱਟਾ ਤੁਹਾਨੂੰ ਛੋਟਾ ਨਹੀਂ ਮਿਲੂਗਾ, ਠੀਕ ਹੈ ਜੀ। ਤੇ ਪ੍ਰਾਈਸ 1650 ਰੁਪਏ ਰਹੂਗੀ ਇਹ ਸੂਟ ਦੀ, ਸਲਵਾਰ ਤੇ ਵੀ ਨਾਲ ਵਰਕ ਹੈ, ਬਾਜੂ ਤੇ ਵੀ ਔਰ ਘੇਰੇ ਤੇ ਵੀ। ਇੱਕ ਕਲਰ ਇਹ ਹੈ ਇਹਦੇ ਵਿੱਚ, ਮੈਨੂੰ ਲੱਗਦਾ ਸਾਰਾ ਮੈਨੂੰ ਖਿਲਾਰਨ ਦੀ ਲੋੜ ਨਹੀਂ ਹੈਗੀ, ਮੈਂ ਤੁਹਾਨੂੰ ਇੱਦਾਂ ਹੀ ਦਿਖਾ ਦਿੰਦੀ ਹਾਂ। ਆ ਲਓ ਜੀ ਇਹ ਤਾਂ ਹੈ ਇਹਦੇ ਨਾਲ ਦੁਪੱਟਾ 2.5 ਮੀਟਰ ਦਾ, ਬਹੁਤ ਪਿਆਰਾ ਦੁਪੱਟਾ ਹੈ, ਠੀਕ ਹੈ। ਤੇ ਇਹ ਹੈਗਾ ਸੂਟ ਇਸ ਤਰ੍ਹਾਂ, ਇਹ ਵਾਲਾ ਇਹਦੇ ਤੇ ਵਰਕ ਹੋਇਆ ਹੋਇਆ, ਤੇ ਬਾਜੂ ਦਾ ਵਰਕ ਜਾਂ ਸਲਵਾਰ ਦਾ ਤਾਂ ਸੇਮ ਹੀ ਹੈ, ਇੱਕ ਦਿਖਾ ਦਿੰਦੀ ਹਾਂ ਤੁਹਾਨੂੰ, ਆ ਲਓ ਇਹ ਮਿਲੂਗਾ ਸਲਵਾਰ ਤੇ ਵਰਕ ਤੇ ਨਾਲ ਬਾਜੂ ਤੇ ਸੇਮ ਵਰਕ ਮਿਲੂਗਾ ਤੁਹਾਨੂੰ, ਤੇ ਪ੍ਰਾਈਸ ਰਹੂਗੀ 1650। ਅਗਲਾ ਸੂਟ ਜਾਮਣੀ ਜੇ ਕਲਰ ਚ ਹੈਗਾ, ਲਓ ਜੀ ਇਹ ਵਾਲਾ ਕਲਰ ਲਿਲਨ ਕਾਟਨ ਦੇ ਸੂਟ ਨੇ, ਬਿਲਕੁਲ ਵੀ ਸੀ ਥਰੂ ਨਹੀਂ ਹੈ, ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈ, ਜਿਵੇਂ ਮਰਜ਼ੀ ਪਾਓ ਧੋਵੋ ਕੋਈ ਰੰਗ ਨਹੀਂ ਜਾਂਦਾ, ਬਿਲਕੁਲ ਸਹੀ ਰਹੂਗਾ ਸੂਟ, ਠੀਕ ਹੈ ਜੀ। ਜਿਨ੍ਹਾਂ ਭੈਣਾਂ ਕੋਲ ਗਏ ਨੇ ਉਹਨਾਂ ਸਾਰਿਆਂ ਨੂੰ ਪਤਾ ਹੈ ਕਿ ਇਹ ਸੂਟ ਕਿੰਨੇ ਜ਼ਿਆਦਾ ਸੋਹਣੇ ਨੇ, ਕਿੰਨੇ ਖੂਬਸੂਰਤ ਨੇ। ਆ ਲਓ ਜੀ ਇਹ ਹੈ ਇਹਨਾਂ ਦਾ ਬਾਜੂ ਦਾ ਤੇ
ਸਲਵਾਰ ਦਾ ਵਰਕ, ਠੀਕ ਹੈ, ਬਹੁਤ ਪਿਆਰਾ ਸੂਟ ਹੈ। ਤੇ ਇਹ ਹੈ ਇਹਦੇ ਨਾਲ ਦੁਪੱਟਾ, ਨਾਲ ਪਿੰਕ ਦਾ ਕੰਟਰਾਸਟ ਟਾਈ ਐਂਡ ਡਾਈ ਕੀਤਾ ਹੋਇਆ, ਇਹਦੇ ਨਾਲ ਮੈਚ ਕੀਤਾ ਹੋਇਆ। ਆਹ ਦੇਖੋ ਜੀ, ਇਹਦੇ ਨਾਲ ਇਹਦਾ ਹੈਗਾ ਕੰਟਰਾਸਟ, ਕਾਫੀ ਜ਼ਿਆਦਾ ਸੋਹਣਾ ਲੱਗਦਾ ਸੂਟ। ਤੇ ਦੁਪੱਟੇ ਬਹੁਤ ਜ਼ਿਆਦਾ ਸੋਫਟ ਨੇ ਕੋਟੇ ਦੇ, ਲਓ ਜੀ 1650-1600 ਦੇ ਵਿੱਚ ਸੂਟ ਮਿਲ ਜਾਣਗੇ ਜਿਹੜੇ ਤੁਹਾਨੂੰ ਦਿਖਾਏ ਆ ਹੁਣ ਮੈਂ। ਤੇ ਲਓ ਜੀ, ਇਹ ਹੈਗਾ ਪਿਓਰ ਕਾਟਨ ਦਾ ਸੂਟ, ਨਿੱਕੀ ਨਿੱਕੀ ਬੂਟੀ ਦਾ ਪਿਓਰ ਕਾਟਨ ਦਾ। ਇਹਦੇ ਨਾਲ ਤਾਂ ਪਹਿਲਾਂ ਵੀ ਦਿੱਤਾ ਸੀ ਜੀ ਆਪਾਂ, ਇਹ ਸੂਟ ਆਪਾਂ ਪਹਿਲਾਂ ਦੇ ਚੁੱਕੇ ਹਾਂ ਤੁਹਾਨੂੰ। ਤੇ ਇਹ ਫੇਰ ਇੱਕ ਸੂਟ ਆ ਜਿਹੜਾ ਦੁਬਾਰਾ ਫੇਰ ਬਣਾਇਆ ਆਪਾਂ ਹੁਣ, ਉਦੋਂ ਇਹ ਕਈ ਭੈਣਾਂ ਨੇ ਪੁੱਛਿਆ ਸੀਗਾ, ਹੁਣ ਇਹ ਦੁਬਾਰਾ ਲੈ ਸਕਦੀਆਂ ਨੇ। ਜਿਹੜਾ ਵਰਕ ਹੈਗਾ ਐਂਡ ਟੂ ਐਂਡ, ਉਹ ਆਪਣਾ ਐ ਲਾ ਲਓ ਵੀ 1.25 ਹੈਗਾ। ਤੁਸੀਂ ਆਪਣਾ ਘੇਰਾ ਜਿਹੜਾ ਉਹ ਜ਼ਿਆਦਾ ਤੋਂ ਜ਼ਿਆਦਾ 24-25-26 ਤੱਕ ਲਿਜਾ ਸਕਦੇ ਹੋ, 26.5 ਤੱਕ ਲਿਜਾ ਸਕਦੇ ਹੋ ਆਰਾਮ ਨਾਲ, ਕਾਫੀ ਸੋਹਣਾ ਸੂਟ ਹੈ। 27 ਤੱਕ ਵੀ ਲਿਜਾ ਸਕਦੇ ਹੋ ਕਿਉਂਕਿ ਪਾਈਪਿੰਗ ਵਗੈਰਾ ਲੱਗ ਜਾਂਦੀ ਹੈ ਤਾਂ ਥੋੜਾ ਜਿਹਾ ਹੀ ਮੋੜਦੇ ਹੁੰਦੇ ਆ ਫਿਰ ਆਪਾਂ। ਤੇ ਕਾਫੀ ਜ਼ਿਆਦਾ ਸੋਹਣਾ ਲੱਗਦਾ, ਕਾਟਨ ਬਹੁਤ ਜ਼ਿਆਦਾ ਸੋਹਣੀ ਹੈ, ਬਰੀਕ ਬਰੀਕ ਜਿਹਾ ਕਲਰਫੁੱਲ ਜਿਹਾ ਪ੍ਰਿੰਟ ਹੈਗਾ। ਤੇ ਦੋ ਫਲਾਵਰ ਪਏ ਹੋਏ ਨੇ, ਜਿਹੜਾ ਤੁਹਾਨੂੰ ਉਹ ਬਲੂ ਬਲੂ ਜਿਹਾ ਵਿੱਚ ਜ਼ਿਆਦਾ ਦਿਖ ਰਿਹਾ ਨਾ, ਇਹਦੇ ਵਿੱਚ ਇਹ ਉਹਨਾਂ ਨੇ ਨਿਸ਼ਾਨ ਲਾਏ ਹੁੰਦੇ ਨੇ, ਜਿਹੜਾ ਨੀਲ ਹੁੰਦਾ ਕੱਪੜਿਆਂ ਤੇ ਲਾਉਣ ਵਾਲਾ, ਉਹਦੇ ਨਿਸ਼ਾਨ ਲੱਗੇ ਹੁੰਦੇ ਨੇ, ਈਜ਼ੀਲੀ ਉਤਰ ਜਾਂਦਾ ਇਹ, ਠੀਕ ਹੈ। ਆਹ ਲਓ ਜੀ, ਛੋਟੇ ਛੋਟੇ ਫਲਾਵਰ ਨੇ ਜਿਹੜੇ ਉਹ ਬਾਜੂ ਤੇ ਪਾਏ ਹੋਏ। ਪ੍ਰਾਈਸ ਮਿਲੂਗੀ ਇਹਦੀ 1050 ਰੁਪਏ, 1050 ਦੇ ਵਿੱਚ ਬਹੁਤ ਪਿਆਰਾ ਜਿਹਾ ਸੂਟ ਤੁਹਾਨੂੰ ਮਿਲ ਜਾਣਾ, ਪਿਓਰ ਕਾਟਨ ਦਾ ਸੂਟ, ਬਹੁਤ ਵਧੀਆ ਕਾਟਨ ਹੈ, ਪਿਓਰ ਕਾਟਨ ਦਾ ਸੂਟ ਵਿਦ ਵਰਕ। ਲਓ ਜੀ, ਅਗਲੇ ਸੂਟ ਦੋ ਕੱਟ ਵਰਕ ਦੇ ਨੇ ਆਪਣੇ ਕੋਲੇ, ਬਹੁਤ ਸੋਹਣੀ ਕਾਟਨ, ਐਨ ਪੂਰੀ ਸਟਰੋਂਗ ਕਾਟਨ ਮਿਲੂਗੀ ਤੁਹਾਨੂੰ, ਐ ਮਰੀ ਵਾਲੀ ਕਾਟਨ ਨਹੀਂ ਹੈਗੀ, ਬਹੁਤ ਵਧੀਆ ਕਾਟਨ ਹੈ ਤੇ ਪਿਓਰ ਕਾਟਨ ਹੈ। ਇਹ ਹੈਗਾ ਜੀ ਬਾਜੂ ਤੇ ਕੱਟ ਵਰਕ, ਠੀਕ ਹੈ ਜੀ। ਤੇ ਇਹ ਮਿਲੂਗਾ ਤੁਹਾਨੂੰ ਘੇਰੇ ਤੇ ਕੱਟ ਵਰਕ, ਘੇਰਾ ਨਾਪ ਦੇਣੀ ਹੈ ਤੁਹਾਨੂੰ ਕਿੰਨਾ ਮਿਲੂਗਾ ਘੇਰੇ ਤੇ ਕੱਟ ਵਰਕ। ਲਓ ਵੀ 28 ਹੈ ਕੱਟ ਵਰਕ ਘੇਰੇ ਤੇ, ਬਹੁਤ ਜ਼ਿਆਦਾ ਕੱਟ ਵਰਕ ਹੋ ਜਾਵੇ, ਬਿਲਕੁਲ ਪਿਓਰ ਕਾਟਨ, ਬਹੁਤ ਸੋਹਣਾ ਪ੍ਰਿੰਟ ਤੇ ਪੂਰੀ ਐਨ ਸਟਰੋਂਗ ਕਾਟਨ, ਠੀਕ ਹੈ ਜੀ। ਕਾਫੀ ਜ਼ਿਆਦਾ ਸੋਹਣਾ ਸੂਟ ਹੈ ਤੇ 800 ਰੁਪਏ ਵਿੱਚ ਮਿਲ ਰਿਹਾ ਤੁਹਾਨੂੰ ਸੂਟ, ਇਹ ਕਾਟਨ ਦਾ ਸੂਟ, ਡਬਲ ਡਬਲ ਕੱਟ ਵਰਕ। ਆਹ ਦੇਖੋ ਤੁਸੀਂ ਕੱਟ ਵਰਕ ਦੇਖੋ ਕਿੰਨਾ ਹੋਇਆ, ਵਿੱਚ ਬੂਟੀ ਵੀ ਪਈ ਹੋਈ ਹੈ ਨਾਲ, ਠੀਕ ਹੈ। ਲਓ ਜੀ, ਅਗਲਾ ਸੂਟ, ਇਹ ਵੀ ਕੱਟ ਵਰਕ ਦੇ ਵਿੱਚ ਹੈ। ਆਪਣੇ ਸੂਟ ਇਹ ਜੇ ਬਹੁਤ ਫਟਾਫਟ ਨਿਕਲਦੇ ਨੇ, ਜਦੋਂ ਵੀ ਮੈਂ ਪਾਉਣੀ ਆ ਤਾਂ ਹੀ ਤੁਸੀਂ ਮੇਰੀ ਵੀਡੀਓ ਚ ਕੱਟ ਵਰਕ ਬਹੁਤ ਦੇਖਦੇ ਆ, ਕਿਉਂਕਿ ਲੋਕ ਲਾਈਕ ਬਹੁਤ ਕਰਦੇ ਨੇ ਨਾ। ਇੱਕ ਤਾਂ ਇਹ ਹੁੰਦਾ ਵੀ ਰੇਟ ਘੱਟ ਹੈ ਤੇ ਘਰੇ ਵੀ ਪਾਉਣਾ ਤਾਂ ਤੁਸੀਂ ਵਧੀਆ ਕੱਟ ਵਰਕ ਦਾ ਸੂਟ ਸੋਹਣਾ ਪਾ ਸਕਦੇ ਹੋ। ਲਓ ਜੀ, 28.5 ਹੋਊਗਾ ਤੇ ਇਹ ਵਾਲੀ ਬਾਜੂ ਹੈ, ਠੀਕ ਹੈ। ਇਸ ਲਈ ਅਸੀਂ ਕੱਟ ਵਰਕ ਦੇ ਬਹੁਤ ਸਾਰੇ ਸੂਟ ਲਿਆਉਂਦੇ ਹਾਂ ਬਾਰ ਬਾਰ, ਕਿਉਂਕਿ ਇਹ ਸੂਟ ਜ਼ਿਆਦਾ ਹੀ ਲਾਈਕ ਕੀਤੇ ਜਾਂਦੇ ਆ ਤੇ ਪ੍ਰਾਈਸ ਹੈਗੀ ਆ 800 ਰੁਪਏ। ਲਓ ਜੀ, ਇਹ ਸੀ ਆਪਣੀ ਅੱਜ ਦੀ ਕਲੈਕਸ਼ਨ, ਉਮੀਦ ਹੈ ਤੁਹਾਨੂੰ ਪਸੰਦ ਆਊਗੀ। ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ, ਕਮੈਂਟ ਕਰਕੇ ਦੱਸਦੇ ਰਹੋ। ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ, ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।